ਜਾਂਦਾ ਔਨ ਸੋਸ਼ਲ ਮੀਡੀਆ ਤੇ। ਥੈਂਕ ਯੂ ਮੰਮੀ ਵੀ ਰੈਡੀ ਤੇ ਰੁਦਰਾਂਸ਼ ਵੀ। ਸਾਡੇ ਪੈਕ ਹੋ ਗਏ ਪੈਕ। ਉਦਾਂ ਵੀ ਮੈਂ ਉੱਧਰ 11 ਵਜੇ ਲਾਤੇ ਹੋਏ ਨਾ ਜਦ ਦੇ ਅਸੀਂ ਆਏ ਹੈਗੇ ਆ ਛੋਟਾ ਵੀ ਗੋਭੀ ਵਾਲੇ ਪਰੌਂਠੇ, ਕਿਉਂਕਿ ਅੱਜ ਤੋਂ ਸ਼ੁਰੂ ਤੋਂ ਥੋੜਾ ਜਿਹਾ ਉਪਰਾ ਫੀਲ ਕੀਤਾ। ਮਾਸੀ ਦਾ ਮੂੰਹ ਬਣ ਜਾਂਦਾ, ਮੰਮੀ ਨੇ ਤਾਂ ਆਪਣੀ ਚਾਹ 'ਚ ਮਿੱਠਾ ਹੀ ਪਾਇਆ। ਓ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ। ਸੋ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਆਈ ਹੋਪ ਕਿ ਸਾਰਿਆਂ ਨੇ ਬਹੁਤ ਵਧੀਆ ਹੋਣਗੇ। ਅਤੇ ਉਹ ਸਾਡੇ ਬਾਊ ਜੀ ਦੇਖੋ ਹੁਣੀ ਆ ਕੇ ਦੇਖਦੇ ਪਏ ਸੀਗੇ ਕਿ ਮੰਮੀ ਕੀ ਕਰਦੀ ਪਈ ਆ। ਚੀਜੀ ਕਿਹੜੀ ਚੀਜੀ? ਚੀਜੀ ਮਾਸੀ ਨੇ ਆਪਕੋ ਦੀਏ ਖਾਣੇ ਕੋ? ਇਹ ਖਾਂਦਾ ਨਹੀਂ ਪਿਆ। ਮੰਮੀ ਸਾਡੀ ਨੇ ਅੱਜ ਬਣਾਏ ਹੈ ਗੋਭੀ ਵਾਲੇ ਪਰੌਂਠੇ ਬਟਰ ਦੇ ਨਾਲ, ਨਾਲ ਮਿੱਠੀ ਮਿੱਠੀ ਚਾਹ। ਹਾਂਜੀ ਮੰਮੀ ਗੋਭੀ ਵਾਲੇ ਪਰੌਂਠੇ, ਕਿਉਂਕਿ ਅੱਜ ਅਸੀਂ ਜਾਣਾ ਹੈ ਵਾਪਿਸ ਅਸੀਂ ਆਪਣੇ ਘਰ ਨੂੰ, ਕਿਉਂਕਿ ਇੱਕ ਹਫ਼ਤਾ ਹੋ ਗਿਆ ਮੈਂ ਇੱਥੇ ਆਈ ਹੋਈ ਹੈਗੀ ਹਾਂ ਅਤੇ ਹੁਣ ਵਾਪਿਸ ਜਾਣਾ ਹੈਗਾ ਵਾ। ਮੰਮੀ ਕਹਿੰਦੇ ਚਲੋ ਸਪੈਸ਼ਲ ਕੋਈ ਟ੍ਰੀਟਮੈਂਟ ਹੋ ਜਾਵੇ। ਹੈ ਮੰਮੀ ਅੱਛਾ ਆ ਕੀ ਆ ਕੀ ਜੀ? ਓਨੀ ਮਹਿੰਗੀ ਆ ਨਾ ਇਹ, 100 ਰੁਪਏ ਕਿਲੋ ਦੀ ਗੋਭੀ ਆ। 100 ਰੁਪਏ ਅੱਛਾ 100। ਓਏ ਰੁਦਰਾਂਸ਼ੀ ਆਈ, ਉਹ ਮਾਸੀ ਨੂੰ ਅੰਦਰ ਲੈ ਗਿਆ। ਉਹ ਵਿਚਾਰੀ ਇੱਥੇ ਮੇਰੇ ਨਾਲ ਬੈਠੀ ਹੋਈ ਸੀਗੀ, ਉਹਨੂੰ ਲੈ ਕੇ ਅੰਦਰ ਗਿਆ ਵਾ। ਉਹ ਹੁਣ ਅੰਦਰ ਬੈਠੀ ਕੇ ਖਾਂਦੀ ਪਈ ਹੈਗੀ ਆਪਣੇ ਪਰੌਂਠੇ ਦਾ। ਦੱਸ ਉਹ ਇਹਨੂੰ ਦਿੰਦੀ ਪਈ ਹੈਗੀ ਹੈ, ਇਹ ਮੇਰੇ ਕੋਲ ਆਈ ਜਾਂਦਾ ਪਿਆ ਵਾ। ਇਹ ਮੁੰਡਾ ਨਹੀਂ ਕੁਝ ਖਾਂਦਾ ਹੈਗਾ। ਚਾਹ 'ਚ ਮੈਂ ਮਿੱਠਾ ਘੱਟ ਰੱਖਿਆ ਸੀ, ਚਾਹ ਮੈਨੇ ਬਣਾਈ ਸੀ ਇਹਨੂੰ। ਜੇ ਮੈਮੀ ਤਾਂ ਫਿੱਕੀ ਪੀਨੀ ਆ ਮੰਮੀ ਤੁਸੀਂ। ਸਾਡਾ ਨਾਸ਼ਤਾ ਅੱਜ 11 ਵੱਜ ਗਏ। ਉੱਦਾਂ ਵੀ ਮੈਂ ਉੱਧਰ 11 ਵਜੇ ਹੀ ਕਰਦੀ ਹਾਂ। ਇਹ ਕੀ ਕਰਦੇ ਪਏ ਆ ਰੁਦਰਾਂਸ਼ ਅਤੇ ਮਾਸੀ? ਇਹ ਕੀ ਕਰ ਰਹੇ ਹੋ? ਮੰਮੀ ਨੇ ਤਾਂ ਆਪਣੀ ਚਾਹ 'ਚ ਮਿੱਠਾ ਹੀ ਪਾ ਲਿਆ। ਮੰਮੀ ਕੋ ਫਿੱਕੀ ਪੀਤੀ ਨਹੀਂ ਜਾਂਦੀ ਹੈਗੀ। ਅਸੀਂ ਮਿੱਠੇ ਤੇਜ਼ ਦੇ ਵਪਾਰੀ ਹੈ ਨਾ। ਮਾਸੀ ਕੋ ਬੂਟ ਪਕੜਾ ਦਿਓ ਨਾ, ਉਹ ਚੂਚੀ ਨਹੀਂ ਆ ਰਹੀ। ਮਾਸੀ ਕੋ ਬੂਟ ਦੇ ਦਿਓ। ਓਏ ਪੁੱਤਰ ਆ ਰਹੀ ਮਾਸੀ ਕੇ ਬੂਟ, ਰੋਜ਼ ਆਪਣੇ ਪਾਪਾ ਨੂੰ ਤਾਂ ਦਿੰਦਾ ਹੀ ਆ। ਹੈਲੋ 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 ਛੋਟਾ ਜਿਹਾ ਫੋਨ ਹੈਗਾ ਵਾ, ਮਿੰਟ ਲਾਉਂਦਾ ਬਟਨ ਦਬਾਉਣ ਨੂੰ। ਜੇ ਅਸੀਂ ਲੋਕ ਲਗਾਉਂਦੇ ਹੈਗੇ ਹਾਂ ਤਦ ਵੀ ਇਹ ਤੰਗ ਕਰਦਾ ਵਾ ਕਿ ਫੋਨ ਨਹੀਂ ਚੱਲਦਾ ਹੈਗਾ। ਮਾਛੀ ਰੈਡੀ ਹੋ ਰਹੀ ਹੈ ਆਫਿਸ ਜਾਣੇ ਕੇ ਲਈ। ਬਾਈ ਕਿ ਅਸੀਂ ਵੀ ਅੱਜ ਘਰਾਂ ਨੂੰ ਚਲ ਜਾਣਾ। ਮਾਸੀ ਦਾ ਮੂੰਹ ਬਣ ਜਾਂਦਾ। ਘੱਟੋ
ਹੋਰ ਇਹ ਤੈਨੂੰ ਪਤਾ ਜੇ ਮੈਂ ਆ ਕੇ ਰਹਿੰਦੀ ਹੈਗੀ ਹੈ ਨਾ ਤਾਂ ਫਿਰ ਇਹ ਕਦੀ ਕੁਛ ਕਦੀ ਕੁਛ, ਇਸੇ ਕਰਕੇ ਫਿਰ ਮੈਂ ਕਹਿੰਦੀ ਹੀ ਨਹੀਂ ਆਈ ਮੈਂ ਕਿੰਨੀ ਦੇਰ ਲਈ ਆ ਰਹੀ ਹਾਂ ਕਿੰਨੀ ਨਹੀਂ। ਹੁਣ ਅੱਜ ਮਾਸੀ ਦਾ ਮੂੰਹ ਬਣਿਆ ਹੋਇਆ ਕਿ ਅੱਜ ਇਹਨਾਂ ਨੇ ਘਰ ਵਾਪਸ ਚਲ ਜਾਣਾ ਵਾ। ਅਸੀਂ ਨਹੀਂ ਜੀ ਬੁਲਾਉਣਾ, ਅਸੀਂ ਰੁੱਸੇ ਹੋਏ ਆ, ਅਸੀਂ ਰੁੱਸੇ ਹੋਏ ਆ, ਅਸੀਂ ਨਹੀਂ ਬੁਲਾਉਣਾ ਹੈਗਾ, ਅਸੀਂ ਰੁੱਸੇ ਹੋਏ। ਓਏ ਮੰਮਾ ਤੁਸੀਂ ਜਾਓ, ਮੈਂ ਇੱਥੇ ਰਹੂੰਗਾ। ਮਾਸੀ ਮੰਮਾ ਤੁਸੀਂ ਮੰਮਾ ਜਾਓ, ਮੈਂ ਨਾਨੀ ਕੇ ਪਾਸ ਰਹੂੰਗਾ। ਰੁਦਰਾਸ਼ ਨਾਨੀ ਕੇ ਪਾਸ ਰਹੇਗਾ। ਅੱਛਾ ਹੈਲੋ ਕਰ ਦੇ ਮਾਸੀ ਨਾ। ਓਹ ਹੈਲੋ ਕਰ ਦੋ, ਹੈਲੋ ਮਾਸੀ ਦੇ ਸਾਹਣੇ ਸਾਰੇ ਕਹਿੰਦੇ। ਅੱਛਾ ਅੱਛਾ ਇਧਰ ਮੇਰੀ ਗੱਲ ਸੁਣ, ਮਾਸੀ ਕੇ ਸਾਥ ਹਾਈ ਫਾਈ ਕਰ ਦੋ। ਹਾਈ ਫਾਈ ਇਧਰ ਮਾਰ ਕਹਿਣਾ ਮੰਨੇ ਨਾ ਮੰਨੇ, ਮਾਸੀ ਦੇ ਸਾਰੇ ਕਹਿਣਾ ਮੰਨਣੇ ਆ, ਮਾਸੀ ਦੀ ਸਾਰੀ ਗੱਲ ਮੰਨਣੀਆਂ ਨੇ। ਓ ਹੈਨਾ, ਚਲੋ ਬਹੁਤ ਟਾਈਮ ਹੋ ਗਿਆ, ਸਾਡੇ ਘਰ ਹੋ ਗਏ ਆ। ਹਾਂਜੀ ਗਾਇਸ, ਤਾਂ ਹੁਣ ਰੁਦਰਾਂਸ਼ ਸੋ ਗਿਆ ਹੋਇਆ ਵਾ ਅਤੇ ਮੈਂ ਵੀ ਜਿਹੜਾ ਹੈਗਾ ਵਾ ਹੁਣ ਖਾਣਾ ਖਾ ਰਹੀ ਹੈਗੀ ਹਾਂ। ਮੰਮੀ ਨੇ ਅੱਜ ਸਪੈਸ਼ਲ ਬਣਾਇਆ ਰਾਜਮਾਂਹ ਚਾਵਲ, ਰਾਜਮਾਂਹ ਚਾਵਲ ਨਾਲ ਦਹੀਂ ਅਤੇ ਬਹੁਤ ਟੇਸਟੀ ਹੁੰਦੇ ਆ। ਅਤੇ ਜਦੋਂ ਮਾਂ ਦੇ ਹੱਥ ਦੇ ਰਾਜਮਾਂਹ ਚਾਵਲ ਬਣੇ ਹੁਣ ਤਾਂ ਕਿੰਨੇ ਨਹੀਂ ਸਵਾਦ ਲੱਗਦੇ ਹੈਗੇ। ਅਤੇ ਹੁਣ ਮੰਮੀ ਗਏ ਹੈਗੇ, ਮੰਮੀ ਨੇ ਨਾ ਕੁੜਤਾ ਸਵਾਇਆ ਸੀ, ਮੰਮੀ ਦੇ ਬਿਮਾਰ ਹੋਣ ਤੋਂ ਪਹਿਲਾਂ ਕਾਫੀ ਦੇਰ ਦਾ ਪਿਆ ਸੀ, ਤਾਂ ਹੁਣ ਮੰਮੀ ਉਹ ਲੈਣ ਗਏ ਹੈਗੇ ਆ। ਹੁਣ ਜਦੋਂ ਆਉਂਦੇ ਤਾਂ ਤੁਹਾਨੂੰ ਦਿਖਾਉਣੀ ਹੈ। ਆ ਗਏ ਲੈ, ਆ ਵੀ ਗਏ, ਲੈ ਆਂਦਾ ਕੁੜਤਾ। ਹਾਂਜੀ ਠੀਕ ਹੈ, ਮੰਮੀ ਵੀ ਰੈਡੀ ਅਤੇ ਰੁਦਰਾਂਸ਼ ਵੀ ਰੈਡੀ ਔਰ ਮੈਂ ਵੀ ਰੈਡੀ। ਅਤੇ ਹੁਣ ਅਸੀਂ ਅੱਜ ਜਾਣਾ ਹੈਗਾ ਵਾ, ਮੇਰੀ ਮਤਲਬ ਚਾਚੀ ਦੇ ਗਣੇਸ਼ ਜੀ ਆਏ ਹੋਏ ਹੈਗੇ ਆ, ਤਾਂ ਉਹਨਾਂ ਨੇ ਅੱਜ ਕੀਰਤਨ ਕਰਾਉਣਾ ਵਾ। ਅਤੇ ਮੰਮੀ ਦੀ ਹੁਣ ਤਬੀਅਤ ਠੀਕ ਸੀ, ਮੈਂ ਕਿਹਾ ਚੱਲ ਥੋੜ੍ਹਾ ਜਿਹਾ ਉਹਨਾਂ ਦਾ ਵੀ ਚੇਂਜ ਹੋ ਜਾਂਦਾ ਵਾ, ਚਲੋ ਉਹਨਾਂ ਨੂੰ ਕੀਰਤਨ 'ਤੇ ਲੈ ਜਾਂਦੇ ਹੈਗੇ। ਤਾਂ ਹੁਣ ਅਸੀਂ ਤਿਆਰ ਹੋ ਗਏ ਹੋਏ ਹੈਗੇ ਹਾਂ, ਬਾਊ ਜੀ ਨੂੰ ਸੁੱਤੇ ਬੈਠਾਇਆ ਵਾ। ਅਤੇ ਚਲੋ ਹੁਣ ਆਪਾਂ ਚੱਲਦੇ ਹਾਂ, ਠੀਕ ਹੈ ਚਲੋ ਚਲੀਏ। ਰੁਦਰਾਂਸ਼ ਨੂੰ ਤਾਂ ਪਹਿਲੀ ਕਾਲੀ ਹੈ, ਚਲੋ ਫਟਾਫਟ ਘੁੰਮੀ ਕਰਨ ਚਲੀਏ। ਚਲੋ ਪਹਿਲਾਂ ਤਾਂ ਮੇਰਾ ਅਤੇ ਮੰਮੀ ਦਾ ਤਾਂ ਕੈਂਸਲ ਹੀ ਸੀਗਾ, ਕਿਉਂਕਿ ਮੰਮੀ ਦੀ ਹਲੇ ਹੁਣੀ ਹੁਣੀ ਤਬੀਅਤ ਠੀਕ ਹੋਈ ਆ। ਬਟ ਮੈਂ ਅੱਜ ਘਰ ਵਾਪਸ ਜਾਣਾ ਸੀ ਤਾਂ ਮੈਂ ਖੁਦ ਆਪ ਚੈੱਕ ਕਰਨਾ ਚਾਹੁੰਦੀ ਸੀ ਕਿ ਮੰਮੀ ਹੁਣ ਅੱਗੇ ਨਾਲੋਂ ਬੈਟਰ ਹੈ ਕਿ ਨਹੀਂ ਹੈ, ਕਿਉਂਕਿ ਮੈਨੂੰ ਤਾਂ ਮੰਮੀ ਨੇ ਫੋਨ 'ਚ ਕਹਿਣਾ ਮੈਂ ਬਿਲਕੁਲ ਠੀਕ ਹਾਂ। ਸੋ ਇਸ ਕਰਕੇ ਮੈਂ ਮੰਮੀ ਨੂੰ ਆਪ ਲੈ ਕੇ ਆਈ ਸੀਗੀ, ਮੈਂ ਕਿਹਾ ਚਲੋ ਮੈਂ ਖੁਦ ਵੀ ਚੈੱਕ ਕਰ ਲਾਂ। ਅਤੇ ਹੁਣ ਇੱਥੇ ਆ ਕੇ ਫਿਰ ਮੈਂ ਦੇਖਿਆ ਵੀ ਹਾਂ ਹੁਣ ਮੰਮੀ ਬਾਹਰ ਕਿਤੇ ਆ ਜਾ ਸਕਦੇ ਆ। ਰੁਦਰਾਂਸ਼ ਨੂੰ ਮੈਂ ਸੁੱਤੇ ਹੋ ਉਠਾ ਕੇ ਲੈ ਕੇ ਸੀ, ਔਰ ਮੂੰਹ ਐਨ ਨੀਂਦ ਵਾਲਾ ਹੋਇਆ ਸੀ, ਹੁਣ ਥੋੜ੍ਹਾ ਜਿਹਾ ਮਾੜਾ ਇੱਥੇ ਸਟੇਬਲ ਹੋਇਆ, ਵਰਨਾ ਆਉਂਦੇ ਸਰ ਬਹੁਤ ਤੰਗ ਕੀਤਾ ਸੀ। ਅਤੇ ਛੋਟੀ ਗੁੜੀ ਹੈ ਨਾ ਵਿਚਾਰਾ, ਇੰਨਾ ਖੇਲਣਾ ਚਾਹੁੰਦੀ ਸੀ, ਬਟ ਇਹ ਮੇਰਾ ਪੁੱਤ ਨਹੀਂ ਬੁਲਾਉਂਦਾ ਕਿਸੇ ਨੂੰ। ਵਾਪਿਸ ਆ ਗਏ ਹੋਏ ਹੈਗੇ ਆ, ਅਤੇ ਉਹਨਾਂ ਨੇ ਗਣਪਤੀ ਰੱਖੇ ਸੀਗੇ, ਕਿੰਨੇ ਸੋਹਣੇ ਸੀ ਨਾ, ਮਤਲਬ ਕਿੰਨਾ ਸੋਹਣਾ ਉਹਨਾਂ ਨੂੰ ਰੁਕੋ ਬੱਚਾ। ਆ ਦੇਖ ਲਓ ਕੀ ਕਰਦਾ ਪਿਆ, ਇਹ ਕਿਆ ਕਰ ਰਿਹਾ ਹੈ। ਬਸ ਇਹਨੇ ਸ਼ੁਰੂ ਸ਼ੁਰੂ ਤੋਂ ਥੋੜ੍ਹਾ ਜਿਹਾ ਉੱਪਰਾ ਫੀਲ ਕੀਤਾ, ਬਟ ਬਾਕੀ ਉਸ ਤੋਂ ਬਾਅਦ ਬਾਕੀ ਸਾਰੇ ਨਾ ਇਹਦੇ ਨਾਲ ਇੱਥੇ ਛੋਟੀ ਇਹਦੀ ਫਰੈਂਡ ਸੀ, ਯਾਨੀ ਕਿ ਇਸ ਤੋਂ ਵੱਡੀ ਇਹਦੀ ਦੀਦੀ ਸੀਗੀ, ਅਤੇ
ਕਾਫੀ ਉਹਦੇ ਨਾਲ ਥੋੜ੍ਹਾ ਜਿਹਾ ਖੇਡਦਾ ਰਿਹਾ, ਉਹ ਇੰਨਾ ਖੇਡਣ ਲੱਗੀ ਸੀ, ਉਹ ਸਾਲ ਵੱਡੀ ਸੀਗੀ ਅਤੇ ਹੈਲੋ ਹਾਏ ਕਰਦੀ ਸੀਗੀ ਇਹ, ਬਟ ਥੋੜ੍ਹਾ ਉਪਰਾ ਫੀਲ ਕਰਦਾ ਸੀ, ਕਹਿੰਦੇ ਸੀ ਬਸ ਅਬ ਘਰ ਚਲੋ ਘਰ ਚਲੋ, ਅਤੇ ਹੁਣ ਬਸ ਹੁਣ ਅਸੀਂ ਵੀ ਘਰ ਜਾਣਾ ਹੈਗਾ, ਮੈਂ ਆ ਕੇ ਤਿਆਰੀ ਕਰਨੀ ਹੈਗੀ ਆ। ਚਲੋ ਚਲੀਏ ਰਜ਼ਾਇਸ਼, ਚਲੀਏ ਘਰਾਂ ਨੂੰ, ਚਲੋ ਸਾਡੇ ਬੈਗ ਹੋ ਗਏ ਪੈਕ, ਚਲੋ ਚਲੀਏ। ਤਾਂ ਹੁਣ ਵਾਪਸ ਮੈਂ ਹੁਣ ਇੱਥੇ ਆ ਗਈ ਹਾਂ ਆਪਣੇ ਅਸਲੀ ਘਰ ਦੇ ਵਿੱਚ, ਯਾਨੀ ਕਿ ਸਹੁਰਿਆਂ ਦੇ ਘਰ ਦੇ, ਅਤੇ ਇੱਕਦਮ ਜਦੋਂ ਮੈਂ ਆਪਣੇ ਰੂਮ 'ਚ ਐਂਟਰ ਹੋਈ ਹਾਂ ਨਾ, ਇੱਕਦਮ ਇੰਨਾ ਅਜੀਬ ਲੱਗਿਆ ਨਾ, ਕਿਉਂਕਿ ਆਪਾਂ ਡੇਲੀ ਜਿੱਥੇ ਮਤਲਬ ਅਗਰ ਆਪਾਂ ਕਿਤੇ ਵੀ ਜਾਂਦੇ ਹੈਗੇ ਹਾਂ ਤਾਂ ਆਪਣੇ ਮਾਇੰਡ ਦੇ ਵਿੱਚ ਉਹ ਆਸੇ ਪਾਸੇ ਦਾ ਜੋ ਇਨਵਾਇਰਮੈਂਟ ਨਾ ਉਹਦੀ ਆਦਤ ਪੈ ਜਾਂਦੀ ਹੈ। ਈਵਨ ਤਾਂ ਕਿ ਮੈਨੂੰ ਕਿ ਜੋ ਛੋਟਾ ਰੁਦਰਾਸ਼ ਆ ਨਾ ਉਹਨੂੰ ਵੀ ਉੱਥੇ ਦੀ ਚੀਜ਼ ਦੀ ਆਦਤ ਪੈ ਗਈ ਸੀਗੀ, ਉੱਥੇ ਦੀ ਵਾਲਸ ਦੇਖਣ ਦੀ, ਬਾਹਰ ਆਉਣ ਜਾਣ, ਉੱਥੇ ਦਾ ਗੇਟ, ਅਤੇ ਹਰ ਇੱਕ ਚੀਜ਼ ਦੀ ਆਦਤ ਪੈ ਜਾਂਦੀ। ਅਤੇ ਜਦੋਂ ਆਪਾਂ ਉੱਤੋਂ ਹੀ ਅਲੱਗ ਥੋੜ੍ਹੇ ਟੈਂਪੋਰ ਆਪਾਂ ਕਿਤੇ ਹੋਰ ਜਾਂਦੇ ਹਾਂ ਤਾਂ ਉਹ ਕਿੰਨਾ ਡਿਫਰੈਂਟ ਲੱਗਦਾ, ਬਟ ਇੱਕ ਦੋ ਦਿਨ ਦੀ ਗੱਲ ਹੁੰਦੀ ਹੈ ਫਿਰ ਨੋਰਮਲੀ ਸਭ ਸੇਮ ਹੀ ਹੋ ਜਾਂਦਾ, ਬਟ ਇੱਕਦਮ ਹਲਕਾ ਜਿਹਾ ਸ਼ੌਕ ਜ਼ਰੂਰ ਲੱਗਦਾ। ਆਈ ਥਿੰਕ ਤੁਹਾਡੇ ਸਾਰਿਆਂ ਨਾਲ ਵੀ ਜ਼ਰੂਰ ਹੁੰਦਾ ਹੋਊਗਾ। ਹੋਰ ਚੀਜ਼, ਅਤੇ ਜਦੋਂ ਮੰਮੀ ਹੋਸਪਿਟਲ ਐਡਮਿਟ ਸੀ ਹਾਲ ਤੱਕ ਸਭ ਦੇ ਫੋਨ ਆ ਰਹੇ ਆ, ਸੋ ਜਿਨ੍ਹਾਂ ਜਿਨ੍ਹਾਂ ਦੇ ਫੋਨ ਆ ਰਹੇ ਆ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਅਸੀਂ ਕਾਲ ਕੀਤੀ ਹੈ। ਸੋ ਮੈਂ ਤੁਹਾਡੇ ਸਾਰਿਆਂ ਦਾ ਔਨ ਸੋਸ਼ਲ ਮੀਡੀਆ 'ਤੇ ਥੈਂਕ ਯੂ ਸਾਰਿਆਂ ਦਾ ਕਰਦੀ ਹਾਂ ਕਿ ਵਾਕਈ ਤੁਸੀਂ ਮੇਰੀ ਮੰਮੀ ਦਾ ਹਾਲ ਚਾਲ ਪੁੱਛਿਆ, ਮਤਲਬ ਵਧੀਆ ਲੱਗਦਾ ਕਿ ਹਾਂ ਸਾਰਿਆਂ ਨੂੰ ਫਿਕਰ ਆ, ਕੇਅਰ ਆ, ਔਰ ਮੈਂ ਵੀ ਉਹਨਾਂ ਬੰਦਿਆਂ ਦੀ ਰਿਸਪੈਕਟ ਕਰਦੀ ਹਾਂ ਜੋ ਮੇਰੇ ਆਪਣੇ ਬੰਦਿਆਂ ਦੀ ਕੇਅਰ ਕਰਦੇ ਹੈਗੇ। ਅੱਜ ਦੇ ਵਲੋਗ 'ਚ ਬਸ ਇੰਨਾ ਹੀ, ਤਾਂ ਅੱਜ ਦਾ ਵਲੋਗ 'ਚ ਸਿਰਫ ਇਹ ਸੀਗਾ ਕਿ ਮੰਮੀ ਜਿਹੜਾ ਹੈਗਾ ਵਾ ਪਹਿਲੇ ਵਲੋਗ ਦੇ ਵਿੱਚ ਮੰਮੀ ਹੋਸਪਿਟਲ ਐਡਮਿਟ ਸੀ, ਫਿਰ ਡਿਸਚਾਰਜ ਹੋਏ, ਅਤੇ ਇੱਥੇ ਫਿਰ ਮੈਂ ਹੁਣ ਰਹਿਣ ਦੀ ਵਾਪਸ ਆਉਣ ਦੀ ਗੱਲ ਕਰ ਰਹੀ ਹਾਂ, ਅਤੇ ਹੁਣ ਇੱਥੇ ਆ ਕੇ ਹੁਣ ਜੋ ਮਤਲਬ ਸਾਡੇ ਇੱਥੇ ਗਣੇਸ਼ ਵਿਸਰਜਨ ਹੋਣਾ ਵਾ ਉਹਦਾ ਵਲੋਗ ਤੁਹਾਨੂੰ ਜ਼ਰੂਰ ਮਿਲੂਗਾ, ਬਟ ਉਹ ਤੁਹਾਨੂੰ ਮਿੰਨੀ ਵਲੋਗ ਮਿਲੂਗਾ, ਸੋ ਸ਼ੋਰਟਸ ਦੇ ਵਿੱਚ ਜਾ ਕੇ ਜ਼ਰੂਰ ਦੇਖਿਓ। ਅਤੇ ਬਸ, ਅਤੇ ਅੱਜ ਦੇ ਵਲੋਗ 'ਚ ਬਸ ਇੰਨਾ ਹੀ, ਜੇ ਤੁਹਾਨੂੰ ਵਾਕਈ ਅੱਜ ਦਾ ਵਲੋਗ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ, ਚੈਨਲ 'ਤੇ ਨਵੇਂ ਆਏ ਤੁਹਾਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਾਂਗੇ ਆਪਾਂ ਇੱਕ ਹੋਰ ਨਵੀਂ ਇੰਟਰਸਟਿੰਗ ਵੀਡੀਓ ਦੇ ਨਾਲ, ਚਲਦਾ ਚਿਕਨ, ਬਾਏ ਬਾਏ ਐਂਡ ਥੈਂਕਸ ਫੋਰ ਵਾਚਿੰਗ।